ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਦਾ ਹੈ, ਜਿੱਥੋਂ ਦੇ ਗੈਰੀ ਮੰਡੀ ਦੇ ਐਕਸਿਸ ਬੈਂਕ ਵਿੱਚ ਚੋਰਾਂ ਨੇ ਅੰਦਰ ਵੜ ਕੇ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਹੂਟਰ ਵੱਜਣ ਤੇ ਚੋਰਾਂ ਨੂੰ ਮੌਕੇ ਤੇ ਫੜ ਲਿਆ ਗਿਆ, ਜਿਸ ਦੀਆਂ ਕੁਝ ਐਕਸਕਲੂਸਿਵ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਜਦੋਂ ਇਸ ਬਾਰੇ ਪੁਲਿਸ ਨੂੰ ਪਤਾ ਲੱਗਿਆ ਤਾਂ ਸੰਬੰਧਿਤ ਪੁਲਿਸ ਥਾਣੇ ਦੇ ਸਾਰੇ ਮੁਲਾਜ਼ਮਾਂ ਨੇ ਮੌਕੇ ਤੇ ਰੇਡ ਮਾਰੀ ਤਾਂ ਹਥਿਆਰਾਂ ਸਣੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪਹਿਲਾਂ ਦੇਖੋ ਘਟਨਾ ਦੀ ਐਕਸਕਲੂਸਿਵ ਵੀਡੀਓ। ਇਹ ਪੁਰਾਣੀ ਕਾਤੇ, ਇਹਨਾਂ ਦਾ ਕੋਈ ਤੀਜਾ ਸਾਥੀ ਇਹਨੇ ਆਉਣਾ ਸੀ ਕੰਮ ਕਰਕੇ ਜਦੋਂ। ਉਹ ਅਸੀਂ ਮੇਨ ਬਾਜ਼ਾਰ 'ਚ ਖਲੋਤੇ ਹੁੰਦੇ ਨਾ ਉਹ ਸੰਤਰੀ ਦੇ ਕੋਲ, ਚੌਂਕੀਦਾਰ ਦੇ ਕੋਲ, ਉਹਨਾਂ ਜੀ ਕਹਿੰਦੇ ਵੀ ਚੱਲ ਚਾਹ ਹੁਣ ਡੰਡਾ ਹੋ ਚੁੱਕਿਆ ਗਿਆ। ਥਾਣੇਦਾਰ ਇਹ ਪੁਰਾਣੀ ਕਾਤੇ, ਇਹਨਾਂ ਦਾ ਕੋਈ ਤੀਜਾ ਸਾਥੀ ਇਹਨੇ ਆਉਣਾ ਸੀ ਕੰਮ ਕਰਕੇ ਜਦੋਂ। ਉਹ ਅਸੀਂ ਮੇਨ ਬਾਜ਼ਾਰ 'ਚ ਖਲੋਤੇ ਹੁੰਦੇ ਨਾ ਉਹ ਸੰਤਰੀ ਦੇ ਕੋਲ, ਚੌਂਕੀਦਾਰ ਦੇ ਕੋਲ, ਉਹਨਾਂ ਜੀ ਕਹਿੰਦੇ ਵੀ ਚੱਲ ਚਾਹ ਚੂਹ ਬਣਾ ਲੈ। ਦਸਤਾਨੇ ਪਾਏ ਉਹਨੇ, ਚਿਕਨ ਚਿਕਨ ਲੱਗਿਆ ਹੁਣ ਡੰਡਾ ਹੋ ਚੁੱਕਿਆ ਗਿਆ। ਵੀਡੀਓ ਬਣਾਇਆ ਫੋਟੋ ਕੀ ਆਹਦੇ ਗੁਰਚਰਨ ਦੇ ਭਰਾ ਰਿਹਾ ਜਾ ਆਪਦਾ ਜੀ ਆਹ ਦੂਜਾ ਮਹਾਂਪੁਰਸ਼ ਜਿਹੜਾ ਜਾਣੀ ਸਹੀ ਮਜ਼ਾ ਚੰਗਾ ਹੀ ਲੱਗਦਾ ਤੁਹਾਨੂੰ ਤੁਹਾਡੀ ਨਾਲ ਚੱਲਦੀ ਨਹੀਂ ਬਣੀ ਇੱਧਰ ਜਿੱਥੇ ਜੂਟ ਬੋਲੇ ਕਰਨੇ ਅੰਦਰ ਉੱਥੇ ਜਾ ਕੇ ਖਾਣੇ ਮਲਡਿਆ ਹੀ ਡਾਂਗ ਫਿਰੀ ਉਹਨੂੰ ਬਾਹਰ ਆ ਜਾਓ 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 ਬਾ
ਕਟੇ ਨਾ ਰੱਖਾ ਪਿੱਛੇ ਲਗਾ ਫੁੱਲ ਗਏ ਆਪਣਾ ਤਿੰਨ ਕੀ ਨਾਂ ਕੀ ਤੇਰਾ ਜਨਾਬ ਇਹਨਾਂ ਕੋਲ ਸਮਾਨ ਇਹਨਾਂ ਨੇ ਅੰਦਰ ਹੀ ਕਿਤੇ ਲਗਾ ਲਿਆ ਪੁੱਛ ਲਈ ਇਹਨਾਂ ਨੂੰ ਉਹ ਬੰਦਿਆਂ ਕੋਲ ਸਮਾਨ ਦੇ ਦੋ ਕਿੱਥੇ ਰੱਖਿਆ ਜੀ ਜੋ ਤੇਰਾ ਠੀਕ ਆ ਨਾ ਮਿਲ ਜਾ ਤੋੜਦਾ ਭਾਜੀ ਨਹੀਂ ਸਾਰਾ ਕੋਈ ਨੀ ਪੈਸੇ ਕਟੇ ਨਾ ਰੱਖ ਪਿੱਛੇ ਲਗਾ ਫੁੱਲ ਗਏ ਆਪਣਾ ਤਿੰਨ ਜਾਣੇ ਕੀ ਨਾਂ ਕੀ ਤੇਰਾ ਜਨਾਬ ਇਹਨਾਂ ਕੋਲ ਸਮਾਨ ਇਹਨਾਂ ਨੇ ਅੰਦਰ ਹੀ ਕਿਤੇ ਲਗਾ ਲਿਆ ਪੁੱਛ ਲਈ ਇਹਨਾਂ ਨੂੰ ਉਹ ਬੰਦਿਆਂ ਕੋਲ ਸਮਾਨ ਦੇ ਦੋ ਕਿੱਥੇ ਰੱਖਿਆ ਜੀ ਜੋ ਤੇਰਾ ਆਪਾਂ ਠੀਕ ਆ ਨਾ ਮਿਲ ਜਾ।